ਪੁੱਛਿਆ ਆ ਗਿਆ ਇਹਨੂੰ ਕਿਹਨੇ ਪਾਲਣਾ ਤੂੰ ਪਾਲਣਾ ਨੂੰ ਤੇਰੀ ਦੁਕਾਨ ਤੇ ਕੋਈ ਤਕੜੇ ਤੇਰੇ ਪੱਠੇ ਡੋਲ ਜੇ ਤੂੰ ਪਾਲੇਗਾ ਨੂੰ ਜਿਹਦੇ ਪਿੱਛੇ ਕਣਾ ਤੇ ਹੁਣ ਨਹੀਂ ਲੈਣਾ ਪਾਪਾ ਕਿੱਥੇ ਮੇਰੇ ਕਿੱਦਾਂ ਵੇਖਦੇ ਹੋ ਕਿੱਦਾਂ ਵੇਖਦੇ ਹੋ ਤੁਸੀਂ ਕਾਰਜਕਾਰੀ ਵੇਖਦੇ ਹੋ ਹਾਂਜੀ ਕਰ ਲਿਆ ਹੁਣ ਉਹ ਮੈਂ ਵੇਖਣਾ ਮੈਂ ਕੀ ਕਰਨਾ ਵਾ ਮਸਲਾ ਜੀ ਆਪਾਂ 50 ਸਾਲ ਤੋਂ ਇੱਥੇ ਦੁਕਾਨ ਕਰਦੇ ਪਏ ਹਾਂ ਕੋਰਟ ਨੇ ਜਿੱਦਾਂ ਅਸੀਂ ਮਾਨੇ ਕੋਰਟ ਨੂੰ ਅਸੀਂ ਉਹਨਾਂ ਦਾ ਫੈਸਲੇ ਨੂੰ ਸਿਰ ਮੱਥੇ 'ਤੇ ਲੈਂਦੇ ਹਾਂ ਲੋਅ ਕੋਰਟ ਨੇ ਆਰਡਰ ਦਿੱਤੇ ਤੇ ਆਪਾਂ ਅੱਗੋਂ ਪੈਂਡਿੰਗ ਅਪੀਲ ਮੇਰੀ ਹਾਈ ਕੋਰਟ ਲੱਗੀ ਦੀ ਹੈ ਹਾਈ ਕੋਰਟ ਨੇ ਮੈਨੂੰ ਇਹ ਤਰੀਕ ਦਿੱਤੀ ਹੈ 18 ਜਨਵਰੀ 2023 ਇਹ ਬਟਾਲਾ ਕੋਰਟ ਨੇ ਮੈਨੂੰ ਤਰੀਕ ਦਿੱਤੀ ਹੈ ਕੱਲ੍ਹ ਦੀ 28 ਅਕਤੂਬਰ ਠੀਕ ਹੈ ਜੀ ਇਹ ਅੱਜ ਹੀ ਮੇਰੇ ਕੋਲ ਕਬਜ਼ਾ ਲੈਣ ਆਇਆ ਜਿਹੜੀ ਬਣਦੀ ਕਾਰਵਾਈ ਹੈ ਜੋ ਵੀ ਮੇਰਾ ਵਕੀਲ ਉੱਥੋਂ ਆਏਗਾ ਉਹ ਆ ਕੇ ਜਿਹੜਾ ਸਵੇਰੇ ਇਹਨਾਂ ਨੂੰ ਜਵਾਬ ਦੇਵੇਗਾ ਮੇਰਾ ਮੈਂ ਯਾਨੀ ਕਿ ਫਰਜ਼ ਬਣਦਾ ਕਿ ਮੈਂ ਕੋਰਟ ਦੇ ਅੰਦਰ ਜਾ ਕੇ ਜਵਾਬ ਦੇਵਾਂ ਮੇਰਾ ਵਕੀਲ ਉੱਥੇ ਜਾ ਕੇ ਜਵਾਬ ਰੱਖੇ ਮੇਰਾ ਪੱਖ ਉੱਥੇ ਰੱਖੇ ਇਹ ਨਹੀਂ ਕਿ ਇੱਦਾਂ ਬਦਮਾਸ਼ੀ ਕਰਕੇ ਇਸ ਤਰ੍ਹਾਂ ਮੈਨੂੰ
ਧੱਕੇਸ਼ਾਹੀ ਨਾਲ ਮੇਰਾ ਸਮਾਨ ਸੁੱਟ ਦਿੱਤਾ, ਸਭ ਕੁਝ ਕਰ ਦਿੱਤਾ। ਇਹ ਬੱਬੂ ਐਮ ਸੀ ਏ ਜਿਹੜਾ ਪਾਰਟਨਰਸ਼ਿਪ ਹੈ ਨਾਲ ਉਹਦਾ ਪਾਰਟਨਰ ਸੁਸ਼ੀਲ ਅਗਰਵਾਲ, ਸੁਸ਼ੀਲ ਅਗਰਵਾਲ ਦੀ ਇੰਨੀ ਅਪਰੋਚ ਚੱਲਦੀ ਹੈ ਕਿ ਉਹਦੇ ਖਿਲਾਫ਼ ਇੱਥੋਂ ਦਾ ਬਟਾਲੇ ਦਾ ਕੋਈ ਵੀ ਵਕੀਲ ਉਹਦੇ ਅਗੇਂਸਟ ਕੇਸ ਫੜਨ ਨੂੰ ਤਿਆਰ ਕੋਈ ਨਹੀਂ ਕਿ ਜਿਹੜੇ ਅਸੀਂ ਬਾਹਰੋਂ ਅੰਮ੍ਰਿਤਸਰੋਂ ਵਕੀਲ ਲਿਆ ਕੇ ਕੀਤੇ ਇੱਥੇ ਨਹੀਂ ਕਿ ਉਹ ਜੀ ਅਗਰਵਾਲ, ਇਹ ਅਗਰਵਾਲ ਸਾਹਿਬ ਦੀ ਪ੍ਰੋਪਰਟੀ ਇਹਨਾਂ ਦੇ ਅਗੇਂਸਟ, ਜੇ ਮਾੜੇ ਬੰਦੇ 'ਤੇ ਕੋਈ ਪੈ ਜਾਂਦੀ ਉਹ ਕਿੱਥੋਂ ਵਕੀਲ ਲਏਗਾ ਜੀ? ਸਰ ਆਪਾਂ ਇਹਦੇ ਅਗੇਂਸਟ ਆਪਾਂ ਜਿੱਦਾਂ ਸਾਨੂੰ ਇਹ ਲੋਅ ਕੋਰਟ ਨੇ ਆਰਡਰ ਦਿੱਤਾ, ਸਾਡੇ ਕੋਲ ਰਾਈਟ ਹੈ, ਕਾਨੂੰਨੀ ਰਾਈਟ ਬਣਿਆ ਦਾ ਵਾ ਕਿ ਆਪਾਂ ਇਸ ਨੂੰ ਅੱਗੇ ਇਹ ਜਿਹੜੀ ਹੈ ਉਪਰੀ ਅਦਾਲਤ 'ਚ ਆਪਾਂ ਅਪੀਲ ਲਾਈਏ। ਸਾਡੀ ਉੱਥੇ ਪੈਂਡਿੰਗ ਅਪੀਲ ਲੱਗੀ ਦੀ, ਅੱਜ ਉਹ ਤਰੀਕ ਨੂੰ ਇਹ ਮੰਨਦੇ ਨਹੀਂ ਪਏ। 18 ਜਨਵਰੀ 2023 ਤਰੀਕ ਮਿਲੀ ਮੈਨੂੰ ਹਾਈ ਕੋਰਟ ਤੋਂ, ਇੱਥੇ ਮੈਨੂੰ ਮਿਲੀ ਦੀ ਹੈ ਕੱਲ੍ਹ ਦੀ ਤਰੀਕ, ਇਹ ਅੱਜ ਹੀ ਕਬਜ਼ਾ ਲੈਣ ਮੇਰੇ ਕੋਲ ਆ ਗਏ। ਇਹ ਕੋਰਟ ਦੇ ਬੰਦੇ ਨੇ, ਹੋਰ ਵੀ ਜਿੰਨੇ ਵੀ ਆ ਤੁਹਾਡੇ ਸਾਹਮਣੇ ਸਾਰੇ ਖੜੇ ਨੇ। ਕੋਰਟ ਦੇ ਵਿੱਚ ਪੈਂਡਿੰਗ ਕੇਸ ਸੀ, ਕੋਰਟ ਨੇ ਡਿਸੀਜ਼ਨ ਦਿੱਤਾ ਖਾਲੀ ਕਰਾ ਕੇ ਦਿਓ, ਉਹ ਪੁਲਿਸ ਆਈ ਹੈ ਵਲਫ ਆਏ ਨੇ ਖਾਲੀ ਕਰਾਉਣ, ਇਹ ਨਹੀਂ ਕਰਦੇ। ਉਹਨਾਂ ਨੇ ਕਿਹਾ ਵਲਫ ਨੇ ਕਿ ਜੇ ਤੁਹਾਡੇ ਕੋਲ ਕੋਈ ਸਟੇ ਹੈਗਾ ਤਾਂ ਉਹ ਦੇ ਦਿਓ, ਸਟੇ ਨਾ ਕੋਈ ਨਹੀਂ। ਉਹ ਪੁਲਿਸ ਦੀ ਡਿਊਟੀ ਹੈ ਜਾਂ ਉਹਨਾਂ ਦੀ ਡਿਊਟੀ ਹੈ, ਅਸੀਂ ਕੋਲ ਅਸੀਂ ਤਾਂ ਕਬਜ਼ਾ ਲੈਣ ਆਏ ਹਾਂ ਜੇ ਸਾਨੂੰ ਦੋਗੇ। ਮੇਰੇ ਕੋਲ ਮਾਨਯੋਗ ਜੱਜ ਸਾਹਿਬ ਮੈਡਮ ਰੀਟਾ ਹੰਸ, ਇਹਨਾਂ ਦੀ ਕੋਰਟ ਵਿੱਚੋਂ ਪੁਜੈਸ਼ਨ ਵਾਰੰਟ ਇਸ਼ੂ ਹੋਇਆ, ਮੇਰਾ ਨਾਮ ਮਾਰਕ ਹੋਇਆ, ਪੁਲਿਸ ਹੈਲਪ ਨਾਲ ਆ, ਤਾਲੇ ਤੋੜਨ ਦੀ ਪਰਮਿਸ਼ਨ ਨਾਲ ਆ, ਵੀ ਇਹ ਦੁਕਾਨ ਦਾ ਪੁਜੈਸ਼ਨ ਪਾਰਟੀ ਨੂੰ ਦਵਾਇਆ ਜੋ ਟੀ ਐਚ ਨੂੰ, ਠੀਕ ਹੈ। ਉਦੋਂ ਆਏ ਹਾਂ, ਝਗੜਾ ਕਰ ਦਿਓ, ਝਗੜਾ ਸਮਾਨ ਕਢਾਉਂਦੇ ਹੋ, ਸਮਾਨ ਨਹੀਂ, ਕਹਿੰਦੇ ਦੁਕਾਨ ਖਾਲੀ ਨਹੀਂ ਕਰਦੇ ਨਹੀਂ, ਪੁਲਿਸ ਕਰ ਰਹੀ ਆ ਉਹ ਗੱਲ ਪੈ ਰਹੇ ਆ। ਵੈਲਕਮ 28 ਤੱਕ ਆ, ਹਾਂਜੀ, ਸਾਨੂੰ ਰਿਪੋਰਟ, ਸਾਨੂੰ ਮਾਨਯੋਗ ਅਦਾਲਤ ਵੱਲੋਂ ਆਰਡਰ ਵੀ ਅੱਜ ਦੁਕਾਨ ਖਾਲੀ ਕਰਕੇ ਰਿਪੋਰਟ ਦਿੱਤੀ ਜਾਵੇ ਸ਼ਾਮ ਤੱਕ, ਦੇਖੋ ਕਾਰਵਾਈ ਕਰ ਰਹੇ ਹਾਂ।